भाई सिद्धि करे मेरा ਆ ਕਿੱਦਾਂ ਦਾ ਡਿਜ਼ਾਈਨ ਹੈ 1,20,000 ਦੇ ਚਾਰ ਲਿਆ ਹੋ ਗਿਆ ਪਹਿਲੇ ਦੀ ਦੇਖਿਆ ਬੈਗ ਤੇ ਯਾਰ ਤੰਗਾ ਰੱਖਿਆ ਜਾਂਦੇ ਆ ਸਾਡੇ 5 ਲੱਖ ਰੁਪਿਆ ਯਾਰ ਖਰਚ ਆਇਆ ਜੀ ਨੂੰ ਰੈਡੀ ਕਰਨ ਵਾਸਤੇ ਹਾਂਜੀ ਤੰਗਾ ਆ ਗਿਆ ਨਾ ਬੰਦੇ ਸੀ ਓਏ ਹੋਏ सताल सारे होप करना सारे कैंड मैबल कैंड अज तुम दिखाने जी लंडी जीप जी की पूरी मोडीफाई हुई है मेरे हिसाब से पूरे अमृतसर चो जी जीप नहीं देखी होनी के मोडीफिकेशन तुम जाके जीप भी दिखाने मोडीफिकेशन भी दसते हैं अज का मौसम कुछ ज्यादा जी अमृतसर धुप ही नहीं लग रही 5-6 दिन हो चुके हैं धुंद जी आ मतलब की थोड़ी बहुत पहुंच चुके हैं जी तुहानू दिखाने जी पूरी मोडीफाई हुई जीव आ लंडी जीव सब तो पहले मिलो ये भाई होना जीव होर भाई क्या हाल जी सब तो पहले तो आ सारे चेक कर लो ये हैगी जी जीव लुक चेक करो सारी लुक तो मेरे हिसाब ना यार टायर ना ही आउंदी टायर बड़े इश्क लगे हुए इन्हू इंजन केड़ा लगा है जी बलैरो टर्बो का सब तो मेन तुहाडी निगाह जांदी होगी जी टायर ते टायर सारे कन्फ्यूज होने कि इहदा किन्ना क प्राइस होगा किन्ने क ते आउंदे आ टायर किन्ने क दा जी इहदा टायर वीर जी 60,000 रुपए दी जोड़ी जी 1,20,000 अपने इलाके कोई नहीं अमृतसर मैं पहली एह जीव देखी है जिहड़ी हैगी आ होर की मोडीफाई कराया जी वाइपर लवाया लाइटां लवाईयां किन्ने लुक बड़ी सोहनी पिछे रीज ना तैयार कराई बई ए चीज आ चेक करो कि टैंकी रखा कि लीटर एक चीज होर सारे ने माइंड च की इन पुलिस नहीं रोकदी हुण भाई उन्हां नूं पुछदे हन नूं की पता फिर लाइटा जगायो प्रोजेक्टर आलियां गियर च साउंड चेक करो जीव का कितना जी प्रोजेक्टर दे आ तारा ही लिया सारी कि सोहनिया लगन दिया लाइटा होर बस की आहो कराया मेन लाइटा गोल ही गया मेरा पा लाइट पवाई ओके ओके ये टायर दा वा रिम आ चढ़िया मेन सारी जीप रेडी करने खर्चा कितना आया तुहाडा 5.5 लाख रुपया यार खर्चा आया जी नूं रेडी करन वास्ते पूरी रीज ना तैयार कराई है भाई निक्के मोटे खर्चे पा के शेक तक चल गई जेडी अंदर बेस आ ओदे वी तुहानूं आवाज सुनावांगे हुण आपां गेड़ी गुड़ी मारन जाणा वा तुहानूं दिखावांगे जदों इह गलियां च जीप लंघदी ना लोकां दे रिएक्शन ही इहो जे हुंदे आ कि घैंट घैंट हुण आपां जावांगे गेड़ी गुड़ी ला के आवांगे ते उह वी तुहानूं नाल दिखावांगे ते फेर इहदी तुहानूं बेस वी सुनावांगे बेस किन्नी आ गाणियां दी जिहड़ी पिछे रखाई आ
ਉਹ ਕਿੰਨੇ ਕਦੀ ਬੇਸ ਆ ਜਿਹੜੀ ਪਿੱਛੇ ਰਖਾਈ ਦੀ ਪੇਟੀ ਪਾ ਕੇ ਆਪੂ ਪਾ ਕੇ 60-62 ਹਜ਼ਾਰ ਰੁਪਏ ਲੱਗਾ 60-62 ਹਜ਼ਾਰ ਦੀ ਸਿਰਫ ਇਹਦੇ ਚ ਬੇਸ ਹੈਗੀ ਆ ਜਿਹੜੀ ਇੱਥੇ ਰਖਾਈ ਆ ਪਿੱਛੇ ਵੇਖੀ ਤੇ ਇਹ ਖੁੱਲ ਵੀ ਜਾਂਦੀ ਹੈ ਇਹ ਜਾਣਾ ਮੈਂ ਤਾਂ ਸਾਰੇ ਖੁੱਲ ਜਾਂਦਾ ਓਕੇ ਓਕੇ ਜੇ ਇਹਨੂੰ ਲੰਡੀ ਕਰਨਾ ਹੋਵੇ ਨਾ ਲੰਡੀ ਵੀ ਹੋ ਜਾਂਦੀ ਆ ਹਾਂਜੀ ਵੀਰ ਜੀ ਕੀ ਗੱਲ ਆ ਜੀਵ ਛੋਟੀ ਪੈ ਗਈ ਜੇ ਇਹਦੇ ਹੱਥੇ ਨਹੀਂ ਉਹ ਸਪੀਕਰ ਪੈ ਨਾ ਗੱਲ ਹੋਰ ਕੋਈ ਆਹੋ ਯਾਰ ਸਪੀਕਰ ਚ ਜਿਹੜੇ ਪਏ ਨਾ ਇਹਦੇ ਕਰਕੇ ਮੁੰਡੇ ਕੋ ਬੈਠਾ ਨਹੀਂ ਜਾ ਰਿਹਾ ਪਰ ਤਾਂ ਫਸ ਫੁਸ ਕੇ ਬਹਿ ਹੀ ਗਿਆ ਜਿਵੇਂ ਮਰਜੀ ਜੀ ਜਨਾ ਕਰਾਲ ਚੱਲੇ ਆ ਗੇੜੀ ਲਾਉਣ ਤੇ ਰਿਐਕਸ਼ਨ ਚੈੱਕ ਕਰ ਲਓ ਆਪਣੇ ਆਪ ਹੀ ਮਾਸ ਸੁਣਨੇ ਤੁਹਾਨੂੰ ਜਿਹੜਾ ਪਿੱਛੇ ਬੇਸ ਪਈ ਨਾ ਬਹੁਤ ਹੀ ਤਗੜੀ ਹੈ ਫੁੱਕਰ ਬਾਈ ਮੁੰਡੇ ਸਾਡੇ ਰੱਖਿਆ ਨੇ ਸਿਰ ਤਰਸਿਆ ਲਾਈ ਅਸੀਂ ਇੱਥੇ ਲਾਈਆਂ ਨੇ ਜੀ चार जने आराम ना बह जाते दो जने पिछे बैठे दो जने अगे आराम ना पूरे प्रोपर बह जाते चार जने वास्ते बनी है जीप जे बेस सिस्टम ना आए फिर आराम ना 5-6 जने बह जाते ਘੱਟੋ ਘੱਟ ਵੀ ਕਹਿੰਦੇ 2000 ਦਾ ਪੈਟਰੋਲ ਪਵਾਈਏ ਨਾ ਫੇਰ ਜਾ ਕੇ ਜਿਹੜਾ ਰਣਜੀਤ ਐਵਨਿਊ ਆਉਣ ਜਾਣ ਹੁੰਦਾ ਵਾ ਇੰਨਾ ਕੁ ਪੈਟਰੋਲ ਖਾ ਜਾਂਦੀ ਅਲਫਾ ਮੰਨ ਲੱਗੋ ਇੰਨਾ 2000 ਚ ਘੱਟੋ ਘੱਟ ਰੋਜ਼ ਦੀ ਇੱਕ ਟੈਂਕੀ ਚਾਹੀਦੀ ਇਹਨੂੰ ਅੱਧੀ ਟੈਂਕੀ ਜੇ ਬਾਹਰ ਕੱਢਣੀ ਤੇ ਰੋਜ਼ ਦੀ ਅੱਧੀ ਆਇਆ ਉਹ ਤੇ 2500 ਦਾ ਤੇਲ ਪਵਾ ਕੇ ਆਇਆ ਜਾਨ ਸੋਈ ਵੇਖੋ ਜਾ ਕੇ ਕਿੰਨੀ ਰਹਿ ਗਈ ਲੋਹੜੀ ਨੂੰ ਯਾਰ ਥੋੜੇ ਦਿਨ ਰਹਿ ਚੁੱਕੇ ਆ ਅੰਮ੍ਰਿਤਸਰ ਵਾਲਿਆਂ ਨੇ ਤੁਹਾਨੂੰ ਪਤਾ ਵੱਖਰਾ ਜਿਹਾ ਚਾਹ ਹੁੰਦਾ ਕਿ ਲੋਹੜੀ ਦੀ ਸ਼ੋਪਿੰਗ ਆਪਾਂ ਪਹਿਲੇ ਹੀ ਕਰਕੇ ਰੱਖਣੀ ਹੈ ਲੋਹੜੀ ਦੇ ਥੋੜੇ ਬਹੁਤੇ ਗੁੱਡੇ ਲਿਆਉਣੇ ਆ ਜਿਹੜੇ ਵੱਖਰੇ ਵੱਖਰੇ ਡਿਜ਼ਾਈਨ ਵਾਲੇ ਹੁੰਦੇ ਨੇ ਜਿਹੜੇ 6 ਤਾਵੇ ਆ ਉਹ ਆਪਾਂ ਘਰੇ ਹੀ ਤਿਆਰ ਕਰਨੇ 3-6 ਤਾਵੇ ਤਿਆਰ ਕਰਨੇ ਆ ਚਲੀਏ ਫਿਰ ਜਿਹੜਾ ਆਪਣਾ ਸਪਲੈਂਡਰ ਹੈਗਾ ਸੀ ਨਾ ਉਹਦਾ ਪਿਛਲਾ ਲੋਏ ਵੀਲ ਟੁੱਟ ਚੁੱਕਿਆ ਵਾ ਜਿਹੜਾ ਪਿਛਲਾ ਲੋਏ ਵੀਲ ਹੁਣ ਕੱਲ ਪਵਾਵਾਂਗੇ ਇਸ ਕਰਕੇ ਹੁਣ ਐਕਟਿਵਾ ਤੇ ਜਾ ਰਹੇ ਆ ਗੇਅਰ ਗੋਰ ਪਾਏ ਸੀ ਗੇਅਰ ਤੁਹਾਨੂੰ ਪਤਾ ਅੱਗੇ ਖਰਾਬ ਸੀ ਉਹਨਾਂ ਲੋਏ ਵੀਲ ਵੀ ਪਤਾ ਨਹੀਂ ਕੀ ਚੱਕਰ ਪਿਆ ਲੋਏ ਵੀਲ ਵੀ ਟੁੱਟ ਗਿਆ ਪਿਛਲਾ ਲੋਏ ਵੀਲ ਨਵਾਂ ਪਾਊਗਾ ਆਪਾਂ ਕਾਈਟ ਸ਼ੋਪ ਤੇ ਪਹੁੰਚ ਚੁੱਕੇ ਆ ਤੇ ਮੇਰੇ ਪਿੱਛੇ ਤੇ ਸਾਈਡਾਂ ਤੇ ਦੇਖ ਸਕਦੇ ਕਿੰਨੀਆਂ ਸੋਹਣੀਆਂ ਸੋਹਣੀਆਂ ਤੇ ਘੈਂਟ ਘੈਂਟ ਡਿਜ਼ਾਈਨ ਆ ਆਪਾਂ ਕਢਾਉਣੇ ਆ ਸਭ ਤੋਂ ਹੈਵੀ ਡਿਜ਼ਾਈਨ ਵਾਲੇ ਜਿਹੜੇ ਗੁੱਟੇ ਹੁੰਦੇ ਮਾਰ ਕੇ ਢਾਲਿਆ ਦਿਖਾਣੇ ਸਾਰਿਆਂ ਨੂੰ ਡਿਜ਼ਾਈਨ ਬਹੁਤੇ ਸੋਹਣੇ ਸੋਹਣੇ ਭਾਜੀ ਹੁਣਾਂ ਕੋ ਤੇ ਭਾਈ ਆਪ ਤਿਆਰ ਕਰਾਉਂਦੇ ਇਹਦੀ ਹਾਂਜੀ ਕੀ ਸਭ ਤੋਂ ਪਹਿਲੇ ਆ ਦੇਖੋ ਇੱਧਰ ਵੀ ਜਿਹੜੇ ਸਾਰੇ ਡਿਜ਼ਾਈਨ ਆ ਮੈਂ ਤਾਂ ਕਹਿੰਦਾ ਮੇਰਾ ਸਾਰਿਆਂ ਦੇ ਦਿਲ ਲਾ ਗਿਆ ਜੀ ਕਰਦਾ ਇੱਕ ਇੱਕ ਗੁੱਡਾ ਕਢਾ ਲਾਂ सारे मछले लगे पिछे भी गुडे लगे हूं तुम डिजाइन चेक करा दें करी मैं भी हजे पहली रही वेख लगा डिजाइन भाई कराओ फिर चेक के डिजाइन जे अच्छा तीन तावे सारे तीन दो ਆ ਚੈੱਕ ਕਰ ਆ ਕਿੰਨੇ ਤਾਵਾ ਭਾਜੀ ਦੋ ਤਾਵਾ ਭਾਜੀ ਇਹ ਦੋ ਤਾਵਾ ਏ ਲੋਕਾਂ ਕੋਲ ਡੇਢ ਤਾਵਾ ਹੁੰਦਾ ਜਾਂ ਤਿੰਨ ਤਾਵਾ ਆਪਣੇ ਕੋਲ ਦੋ ਤਾਵਾ 2.5 ਵੀ ਹੈਗਾ 2.5 ਵੀ ਵਿਖਾਓ 2.5 ਤਾਵਾ ਡਿਜ਼ਾਈਨ ਚੈੱਕ ਕਰੋ ਯਾਰ ਕਿੰਨਾ ਹੈਵੀ ਡਿਜ਼ਾਈਨ ਆ ਹਜੇ ਤੇ ਇਸ ਤੋਂ ਹੈਵੀ ਹੋਣੇ ਹਜੇ 2.5 ਤਾਵਾ ਆ ਗਿਆ ਜਸ਼ਨ ਅੱਛਾ ਕਿੰਨੇ ਸੁਣਿਆ 2.5 ਤਾਵਾ ਦੋ ਤਾਵਾ ਵੀ ਨਹੀਂ ਕਿਤੇ ਸੁਣਿਆ ਨਾ 2.5 ਤਾਵਾ ਵੀ ਨਹੀਂ ਭਾਈ ਉਹਨਾਂ ਕੋਲ ਦੋ ਵੀ ਆ 2.5 ਵੀ ਆ ਆ 2.5 ਤਾਵਾ ਬੜਾ ਸੋਹਣਾ ਆ ਫਰਮਾ ਚੈੱਕ ਕਰ ਫਰਮਾ ਬਹੁਤੇ ਸੋਹਣੇ ਸੋਹਣੇ ਡਿਜ਼ਾਈਨ ਆ ਇੱਕ ਆ ਚੈੱਕ ਕਰੋ ਤੇ ਆ ਚੈੱਕ ਕਰੋ ਇਹ ਪੂਤ ਵਾਲਾ ਡਿਜ਼ਾਈਨ ਕਿੰਨਾ ਸੋਹਣਾ ਡਿਜ਼ਾਈਨ ਹੈ ਯਾਰ ਸਭ ਤੋਂ ਫੇਵਰਟ ਡਿਜ਼ਾਈਨ ਹੈ ਮੇਰਾ ਵੱਡਾ ਇਹ ਮੇਰਾ ਫੇਵਰਟ ਡਿਜ਼ਾਈਨ ਜੇ ਓਏ ਹੋਏ ਹੋਏ ਬਹੁਤ ਹੀ ਸੋਹਣਾ ਗੁੱਡਾ ਹੈ ਕਾਰੀਗਰ ਨੇ ਜਿੰਨੇ ਵੀ ਬਣਾਇਆ ਨਾ ਬੜੀ ਮਿਹਨਤ ਕੀਤੀ ਨਹੀਂ ਇਹ ਗੁੱਡੇ ਤੇ ਆ ਵਾਲਾ ਵੇਖੋ ਉਸ ਤੋਂ ਬਾਅਦ ਆ ਇਹ ਸਾਰੇ ਪਾਕਿਸਤਾਨੀ ਡਿਜ਼ਾਈਨ ਵਿਖਾਉਣੇ ਤੁਹਾਨੂੰ ਨਿਓਨ ਕਲਰ ਹੈਗੇ ਨਿਓਨ ਇਹਦੇ ਵਿੱਚ ਇੱਕ ਉਹ ਵੀ ਲੱਗਾ ਸੇਮ ਇਹ ਲਾ ਹਾਂ ਇਹ ਨੀਲਾ ਵਾ ਬਾਕੀ ਇਹ ਜ਼ਿਆਦਾ ਘੈਂਟ ਆ ਅੱਗੇ ਇਧਰੋਂ ਦੀ ਇਹ ਵੀ ਆ ਡਿਜ਼ਾਈਨ ਆ ਵਾਲਾ ਵਿਖਾਓ ਭਾਈ ਆ ਚੈੱਕ ਕਰੋ ਨਵੀਂ ਦੋ ਤਾਂ ਵਿੱਚ ਦੋ ਤਾਂ ਵਿੱਚ ਤੇ ਭਾਈ ਉਹ ਜਿਹੜਾ ਆਪਾਂ ਗੁੱਡਾ ਵੇਖਿਆ ਪਹਿਲੇ ਜਾਮਣੀ ਵਾਲਾ ਉਹਦਾ ਕੀ ਪ੍ਰਾਈਸ ਆ ਆ ਲਾ 180 ਦਾ 180 ਰੁਪਏ ਦਾ ਪਰ ਗੁੱਡਾ ਪਊਗਾ ਸੋਨੂੰ ਪੀ ਜਾਂਦਾ ਆ ਚੈੱਕ ਕਰੋ ਇਹਦੇ ਵਿੱਚ ਦੋ ਦੋ ਅਲੱਗ ਅਲੱਗ ਆ ਆ ਮੈਂ ਲੈ ਆਇਆ ਨਾ ਹੁਣੇ ਵੇਖੋ ਅੱਛਾ ਤੂੰ ਲੈ ਨਾ ਲੈ ਮੈਂ ਲੈ ਆਇਆ ਨੇ
ਨਖਲਾਉ ਕਾਰਡ ਚ ਆ ਗਿਆ ਚੰਦਰਮਾ ਬਣਿਆ ਨਾ ਇੱਕ ਇੱਥੇ ਇੰਡੀਆ ਵਾਲੇ ਵੀ ਪਏ ਸੀ ਨਾ ਇੰਡੀਆ ਵਾਲਾ ਕਿੱਥੇ ਗਿਆ ਜੀ ਆ ਇਹਦੇ ਪਿੱਛੇ ਜੀ ਆ ਜੀ ਇੰਡੀਆ ਇਹਦੇ ਚ ਹੈਗਾ ਜੀ ਇੰਡੀਆ ਲੋ ਜੀ ਇੰਡੀਆ ਵੀ ਆ ਗਿਆ ਜੀ ਇਹ ਗੁੱਡਿਆਂ ਦਾ ਪ੍ਰਾਈਜ਼ ਕੀ ਹੈਗਾ ਜੀ ਸਾਰਿਆਂ ਦਾ ਅਲੱਗ ਅਲੱਗ ਕੀ ਡਿਜ਼ਾਈਨਿੰਗ ਦੇ ਹਿਸਾਬ ਨਾਲ ਵਾ ਇਹ 100 ਰੁਪਏ ਦਾ ਹਾਂ ਜੀ सिर्फ 100 रुपए ਜਿਹੜਾ ਮੇਰਾ ਫੇਵਰਿਟ ਡਿਜ਼ਾਈਨ ਆ ਜਿਹੜਾ ਇਹਨਾਂ ਨੇ ਜਾਮਨੀ ਵਾਲਾ ਵਿਖਾਇਆ ਉਹ ਸਭ ਤੋਂ ਹੈਵੀ ਡਿਜ਼ਾਈਨ ਲੱਗਾ ਡਿਜ਼ਾਈਨ ਤੇ ਸਾਰੇ ਹੀ ਘੈਂਟ ਆ ਪਰ ਸਭ ਤੋਂ ਜਿਹੜਾ ਮੇਰਾ ਫੇਵਰਿਟ ਸੀ ਉਹ ਡਿਜ਼ਾਈਨ ਆ ਚੈੱਕ ਕਰੋ ਉੱਤੇ ਵੀ ਕਿੰਨਾ ਸੋਹਣਾ ਡਿਜ਼ਾਈਨ ਲੱਗਾ ਆ ਵੈਰਾਈਟੀ ਬਹੁਤ ਆ ਥੱਲੇ ਵੀ ਇਹਨਾਂ ਕੋ ਜਿਹੜੇ ਡਿਜ਼ਾਈਨ ਲੱਗੇ ਬਹੁਤੇ ਸੋਹਣੇ ਸੋਹਣੇ ਡਿਜ਼ਾਈਨ ਆ ਇੱਕ ਅੱਧੇ ਤੇ ਦਿਲ ਆ ਗਿਆ ਜਾਮਨੀ ਤੇ ਦਿਲ ਆ ਗਿਆ ਸਪੈਸ਼ਲ ਹੁਣ ਮੈਂ ਜਿਹੜੇ ਸਿਲੈਕਟ ਕਰਨੇ ਆ ਤੇ ਉਹ ਵਾਲੇ ਮੈਂ ਸਿਲੈਕਟ ਕਰਦਾ ਇੱਕ ਜਿਹੜਾ ਮੇਰਾ ਫੇਵਰਿਟ ਗੁੱਡਾ ਉਹ ਤੇ ਮੈਂ ਸਿਲੈਕਟ ਕਰਨਾ ਹੀ ਕਰਨਾ ਆਲਾ ਆ ਮੈਂ ਲੈ ਲਿਆ ਵਾ ਇਹ ਮਤਲਬ ਕਿ ਇੱਕ ਆ ਕਰ ਦਿਓ ਪਤੰਗਾ ਦੇਖਣੀ ਆ ਪਤੰਗਾ ਆਹੋ ਪਤੰਗਾ ਦਾ ਬੈਗ ਨਾ ਵਿਖਾਈਏ ਭਾਜੀ ਹੁਣ ਤੁਹਾਨੂੰ ਦਿਖਾਉਣੇ ਆ ਬੈਗ 'ਚ ਪਤੰਗਾ ਪਹਿਲੇ ਵੀ ਵੇਖਿਆ ਬੈਗ 'ਚ ਵੀ ਯਾਰ ਪਤੰਗਾ ਰੱਖਿਆ ਜਾਂਦੇ ਆ ਜਿਹੜੀਆਂ ਸਪੈਸ਼ਲ ਪਤੰਗਾ ਹੁੰਦੀਆਂ ਗਰਾਊਂਡਸ ਵਾਲੀਆਂ ਇਹ ਜਿਹੜੀ ਸਾਰੀ ਪਤੰਗਾ ਸਪੈਸ਼ਲ ਪਤੰਗਾ ਵਾ ਗਰਾਊਂਡ 'ਚ ਹੁੰਦੀਆਂ ਜਿਹੜੀਆਂ ਭਾਈ ਇਹਦਾ ਪਰ ਪੀਸ ਕੀ ਪ੍ਰਾਈਸ ਹੁੰਦਾ ਏ ਕੋਈ 120 ਵੀ ਹੈ 150 ਵੀ ਹੈ 180 ਵੀ ਹੈ 250 ਵੀ ਹੈ ਅੱਛਾ ਵੱਖਰੇ ਵੱਖਰੇ ਰੇਟ ਆ ਸਪੈਸ਼ਲ ਪਤੰਗਾ ਓਏ ਹੋਏ ਡਿਜ਼ਾਈਨਿੰਗ ਚੈੱਕ ਕਰੀ ਆ ਹੁਣ डिजाइन दे हिसाब ना रेट वर्थ आ पैसे वर्थ आ ओके आ भाई ਓਏ ਹੋਏ ਹੋਏ ਆ ਡਿਜ਼ਾਈਨ ਚੈੱਕ ਕਰੋ ਕਿੰਨਾ ਸੋਹਣਾ ਜੇ ਫੈਂਸੀ ਪਤੰਗਾ ਆ ਗਿਆ ਨਾ ਅਗਲੀ ਵੇਖ ਜਸ਼ਨ ਓਏ ਹੋਏ ਅੱਛੀ ਬਣੀ ਹੈ ਭਾਈ ਇਹਦਾ ਕੀ ਪ੍ਰਾਈਸ ਆ 500 ਰੁਪਏ ਦੀ 500 ਰੁਪਏ ਦੀ ਪਤੰਗ ਆ ਵੀ ਗਰਾਊਂਡ ਵਾਲੀ ਹੈ ਹਾਂਜੀ ਸਾਰੀ ਗਰਾਊਂਡ ਸਾਰੀਆਂ ਗਰਾਊਂਡ ਵਾਲੀਆਂ ਵੇਖ ਲੋ ਮੋਰ ਵੀ ਲੱਗੀ ਇਹਦਾ ਕੀ ਪ੍ਰਾਈਸ ਹੈ 120 120 ਸਾਰੀਆਂ ਗਰਾਊਂਡ ਵਾਲੀਆਂ ਪਤੰਗਾਂ ਆ ਇਹ ਜਿਹੜੀਆਂ ਅੱਛਾ 150 ਰੇਟ ਵੀ ਸਾਰਿਆਂ ਦੇ ਅਲੱਗ ਅਲੱਗ ਆ ਜਿਨ੍ਹਾਂ ਨੂੰ ਯਾਰ ਪਤੰਗਾ ਪਤੰਗਾ ਦੇ ਸ਼ਕੀਨ ਆ ਜਿਹੜੇ ਗਰਾਊਂਡ 'ਤੇ ਡਾਉਂਦੇ ਉਹ ਮੇਰੇ ਹਿਸਾਬ ਨਾਲ ਇਹੋ ਪਤੰਗਾ ਡਾਉਂਦੇ ਹੋਣਗੇ ਇੰਗਲੈਂਡ ਦਾ ਗੁੱਡਾ ਤਿੰਨ ਪੂਛਾਂ ਲਾ ਇੱਧਰ ਇੱਧਰ ਵੀ ਪੂਛਾਂ ਲੱਗੀਆਂ ਦੇਖ ਜਸ਼ਨ ਇੱਧਰ ਵੀ ਲੱਗੀਆਂ ਤੇ ਥੱਲੇ ਵੀ ਲੱਗੀਆਂ ਇੱਧਰ ਵੀ ਲੱਗੀਆਂ ਇਹ ਭਾਈ ਗੱਲ ਪਤਾ ਕੀ ਹੈ ਜੀ ਇਹ ਫਰਮਾ ਪਾਕਿਸਤਾਨੀ ਨੇ ਅੱਛਾ ਆ ਤੇ ਮੈਂ ਲੈਣ ਲੱਗਾ ਭਾਜੀ ਆ ਸਾਈਡ ਕਰ ਦੋ ਯਾਰ ਮੇਰਾ ਗੁੱਡਾ ਤੂੰ ਤੂੰ ਦੋ ਆ ਕੋਈ ਨਹੀਂ ਇੱਕ ਕਰਾਂਗੇ ਇੱਕ ਤੂੰ ਲੈ ਲਈ ਚੱਲ ਕੀ ਸਟਾਕ ਪੂਰਾ ਲੱਗਾ ਚੈੱਕ ਕਰੋ ਵੱਖਰੇ ਵੱਖਰੇ ਡਿਜ਼ਾਈਨ ਦੇ ਪਤੰਗਾਂ ਵੀ ਆ ਜਿਸ਼ੇ ਨੂੰ ਆਪਾਂ 6 ਤਾਵੇ ਵੇਚਦੇ ਆ ਵੱਡੇ ਕੋਲ ਚਲੋ ਹੁਣ ਤੁਹਾਨੂੰ ਦਿਖਾਉਂਦੇ ਆ ਜੀ 6 ਤਾਵੇ ਦੇ ਡਿਜ਼ਾਈਨ ਪਹਿਲਾ ਡਿਜ਼ਾਈਨ ਹੀ ਚੈੱਕ ਕਰ ਲਓ ਕਿੰਨਾ ਘੈਂਟ ਜੇ ਇਹ ਹੁਣ ਮੈਂ ਸਿਲੈਕਟ ਕਰਨਾ ਵਾ ਇੱਕ 6 ਤਾਵਾ ਵੇਚਦੇ ਬਿਲਕੁਲ ਨਹੀਂ ਹੈ ਠੀਕ ਹੈ ਸਿਲੈਕਟ ਕਰਨਾ ਇੱਕ 6 ਤਾਵਾ ਵੇਖਣ ਲੱਗੇ ਕਿਹੜਾ ਕਰੀਏ ਪਹਿਲਾ ਦਾ ਡਿਜ਼ਾਈਨ ਆ ਵਾ ਬੜਾ ਸੋਹਣਾ ਡਿਜ਼ਾਈਨ ਆ 6 ਤਾਵੇ ਦੇ ਵੀ ਘੈਂਟ ਘੈਂਟ ਡਿਜ਼ਾਈਨ ਲੱਗੇ ਜੀ ਓਏ ਹੋਏ ਆ ਡਿਜ਼ਾਈਨ ਚੈੱਕ ਕਰੋ ਇਹ ਮਛਲੇ 7.5 ਫੁੱਟ ਆ 7.5 ਫੁੱਟ ਦੀ ਮੱਛੀ ਹੈ ਭਾਈ ਸਿੱਧੀ ਕਰੇ ਮੇਰਾ ਪਿੱਛੇ ਦੋਨੋਂ ਲੁੱਕ ਗਏ 7.5 ਫੁੱਟ ਦੀ ਮੱਛੀ ਘੈਂਟ ਕੰਮ ਆ ਪੂੰਛ ਪਾ ਕੇ 8 ਫੁੱਟ ਦੀ ਕਿੰਨਾ ਸੋਹਣਾ ਡਿਜ਼ਾਈਨ ਜੀ ਆ ਕਿੱਦਾਂ ਦਾ ਡਿਜ਼ਾਈਨ ਹੈ ਬਹੁਤਾ ਸੋਹਣਾ ਜੀ ਓਕੇ ਆ ਕਰਨਾ ਫਾਈਨਲ ਇਹ ਲਾਣੀ ਆ ਦੂਸਰਾ ਅਜੇ ਹੋਰ ਦੇ ਲਈਏ ਸਾਰੇ ਫਾਈਨਲ ਕਰਦੇ ਹਾਂ
ਖੇਤ ਆ ਵਿੱਚ ਡਿਜ਼ਾਈਨ ਹੀ ਬਹੁਤ ਜ਼ਿਆਦਾ ਆ ਮੈਂ ਕਨਫਿਊਜ਼ ਆ ਕਿਹੜਾ ਡਿਜ਼ਾਈਨ ਸਿਲੈਕਟ ਕਰਾਂ ਆਪਣੇ ਵਾਸਤੇ ਆਪ ਤੇ ਕਨਫਿਊਜ਼ ਹੋਇਆ ਮੈਨੂੰ ਵੀ ਕਨਫਿਊਜ਼ ਕਰੀ ਜਾਂਦਾ ਪਿਆ ਮੈਂ ਵੀ ਕਿਹੜਾ ਲਵਾਂ ਆਹ ਵੇਖੋ ਡਿਜ਼ਾਈਨ ਹੀ ਇੰਨਾ ਸੋਹਣਾ ਬਿੱਲ ਕਰਦਾ ਹੁਣੇ ਲੈ ਲਾ ਓਕੇ ਆ ਨਹੀਂ ਇਸ ਤੋਂ ਪਿਛਲਾ ਇੱਕ ਜਾਮ ਨਹੀਂ ਦਾ ਆ ਭਾਈ ਛੱਡੋ ਫੇਰ ਆ ਦਿਓ ਮੈਨੂੰ ਜਿਹਨ ਤੂੰ ਦੇ ਨਹੀਂ ਇਸ ਤੋਂ ਵੀ ਪਿਛਲਾ ਆਲਾ ਆ ਡਿਜ਼ਾਈਨ ਕਹਿ ਰਿਹਾ ਯਾਰ ਬਹੁਤ ਹੀ ਸੋਹਣਾ ਡਿਜ਼ਾਈਨ ਜੀ ਇਹਨੂੰ ਨਾ ਪਹਿਲਾਂ ਵੀ ਅੱਖੜ ਹੀ ਪਸੰਦ ਆਇਆ ਹੁਣ ਵੀ ਅੱਖੜ ਹੀ ਪਸੰਦ ਆਇਆ ਯਾਰ ਡਿਜ਼ਾਈਨ ਹੀ ਬੜਾ ਘੈਂਟ ਆ ਚੈੱਕ ਕਰੋ ਅਗਲਾ ਦਿਖਾਓ ਭਾਈ ਅਗਲਾ ਜੇ ਤੁਸੀਂ ਵੀ ਯਾਰ ਇੱਦਾਂ ਦੇ ਡਿਜ਼ਾਈਨ ਦੇ ਗੁੱਡੇ ਲੈਣਾ ਚਾਹੁੰਦੇ ਜੇ ਜਾਂ ਕੁਛ ਵੀ ਤੇ ਇਹ ਲਵਾਨਾ ਕਾਈਟ ਸਟੋਰ ਜ਼ਰੂਰ ਆਇਓ ਇੱਕ ਵਾਰੀ ਭਾਈ ਆਪਣੇ ਕਰੀ ਨੰਬਰ ਵੀ ਬੋਲ ਦਿਓ 9981399 ਅੰਮ੍ਰਿਤਸਰ ਬੱਸ ਸਟੈਂਡ ਦੇ ਬਿਲਕੁਲ ਨੀਅਰ ਸ਼ੋਪ ਹੈਗੀ ਆ ਤੇ ਤੁਸੀਂ ਭਾਈ ਉਹਨਾਂ ਨੂੰ ਕਾਲ ਕਰਕੇ ਪੁੱਛ ਲਿਓ ਜੇ ਤੁਹਾਨੂੰ ਨਾ ਪਤਾ ਲੱਗੇ ਜੇ ਇਹੋ ਜਿਹੇ ਕੋਈ ਵੀ ਡਿਜ਼ਾਈਨ ਜਾਂ ਤਿਆਰ ਕਰਾਉਣਾ ਹੋਵੇ ਤੇ ਇੱਕ ਵਾਰੀ ਇਹਨਾਂ ਨੂੰ ਜ਼ਰੂਰ ਕੰਟੈਕਟ ਕਰ ਲਿਓ ਕਿ ਹੁਣ ਆਪਾਂ ਚੱਲੇ ਹਾਂ ਜੀ ਭਾਈ ਉਹਨਾਂ ਦੇ ਘਰੇ ਉੱਥੇ ਜਾ ਕੇ ਆਪਾਂ ਗੁੱਡੀਆਂ ਗੱਡੀਆਂ ਵੇਖਦੇ ਹਾਂ ਵਾਧੂ ਗੁੱਡੀ ਪਈ ਆ ਪੁਰਾਣੇ ਸਾਲ ਦੀ ਘੈਂਟ ਘੈਂਟ ਡਿਜ਼ਾਈਨ ਪਏ ਉੱਥੇ ਵੀ ਕਰੋ ਇਹ ਨਾ ਮੈਂ ਪਿਛਲੇ ਸਾਲ ਗੁੱਡਾ ਤਿਆਰ ਕਰਾਇਆ ਸਨੇਕ ਵਾਲਾ ਤੇ ਇਹਦੀ ਪੂੰਛ ਵੱਡੀ ਆ ਵੱਡੀ ਏ ਆ ਦੇਖੋ ਜੀ ਘੱਟ ਤੋਂ ਘੱਟ ਇਹਦੀ 20-25 ਫੁੱਟ ਦੀ ਪੂੰਛ ਆ ਉੱਤੇ ਲੱਗ ਗਿਆ ਤੇ ਪੂੰਛ ਹਲੇ ਸ਼ੁਰੂ ਹੁੰਦੀ ਪਈ ਆ ਪੂੰਛ ਤੇ ਇਹਦੀ ਬੜੀ ਤਕੜੀ ਆਪਾਂ ਤਿਆਰ ਕਰਾਈ ਉਹਨੂੰ ਇਧਰ 18 ਫੁੱਟ ਦੀ ਪੂੰਛ ਹੈਗੀ ਤੇ ਆ ਕਿੰਨੇ 6 6 ਫੁੱਟ ਦਾ ਗੁੱਡਾ 6 ਫੁੱਟ ਦਾ ਗੁੱਡਾ ਮਤਲਬ 24 ਫੁੱਟ ਦਾ ਗੁੱਡਾ 24 ਫੁੱਟ ਦਾ ਗੁੱਡਾ ਨਹੀਂ 18 ਫੁੱਟ ਦੀ ਪੂੰਛ 6 ਫੁੱਟ ਦਾ ਗੁੱਡਾ 6 ਫੁੱਟ ਦਾ ਗੁੱਡਾ ਸਨੇਕ ਕਾਈਂਡ ਇਹ ਤੁਹਾਨੂੰ ਸਭ ਤੋਂ ਤਗੜਾ ਗੁੱਡਾ ਵਿਖਾਉਣਾ ਯਾਰ ਜਿਹੜਾ ਸਭ ਤੋਂ ਤਗੜਾ ਹੋਵੇ ਆ ਫੜਿਓ ਭਾਈ ਇੱਕ ਮਿੰਟ ਸਭ ਤੋਂ ਤਗੜਾ ਗੁੱਡਾ ਇੱਕ ਮਿੰਟ ਜ਼ਿਆਦਾ ਪਿੱਛੇ ਨਾ ਕਰੀਏ ਛੇ ਤੇ ਮੇਰੇ ਸਾਰੇ ਗੁੱਡੇ ਡਿੱਗ ਗਿਆ ਨੇ ਆ ਜਾਏ ਤੇ ਪਤੰਗ ਹੈਗੀ ਏ ਆ ਇਹ 5 ਫੁੱਟ ਦੀ ਫਟ ਗਈ ਪਤੰਗਾ ਵੀ ਤਿਆਰ ਕਰਾਈਆਂ ਜੀ ਆ 6-6 ਫੁੱਟ ਦੇ ਗੁੱਡੇ ਸਾਰੇ ਆ ਜਦੋਂ ਮੇਰੇ ਪਹਿਲਾਂ 50,000 ਸਬਸਕ੍ਰਾਈਬਰ ਹੋਇਆ ਸੀ ਨਾ ਤੇ ਆ ਮੈਂ ਗੁੱਡਾ ਰੈਡੀ ਕਰਾਇਆ ਸੀ ਉਦੋਂ ਪਹਿਲਾਂ 8 ਫੁੱਟ ਦਾ ਤੇ ਆ ਹੈਗੇ ਆ 12-12 ਫੁੱਟ ਦੇ ਗੁੱਡੇ ਵੇਖੋ 7 ਤਗੜੇ ਗੁੱਡੇ ਚੈੱਕ ਕਰੋ ਯਾਰ 12 ਫੁੱਟ ਦਾ ਗੁੱਡਾ ਵਾ ਮਤਲਬ ਕਿ ਹਜੇ ਇਹਨੂੰ ਚੰਗੀ ਤਰ੍ਹਾਂ ਆਪਾਂ ਜੇ ਉੱਤੇ ਕਰੀਏ ਤੇ ਕੰਧ ਨਾ ਲੱਗਣ ਵਾਲਾ ਹੋ ਜਾਊਗਾ ਆ ਕੰਧ ਨਾ ਲੱਗਦਾ ਉੱਤੇ ਪੂਰਾ ਜੇ ਕਰੀ ਮਾੜਾ ਨਿਪੂਨ ਖੜਾ ਨਾ 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 ਤਾਂ ਨਹੀਂ ਹੋਣਾ ਹੋ ਗਿਆ ਤੇ ਮਤਲਬ ਕਿ ਥੋੜਾ ਜਿਹਾ ਬਚਾ ਵਾ ਪਰ ਬਹੁਤਾ ਹੀ ਤਗੜਾ ਗੁੱਡਾ ਜੇ ਇਹ ਤਿਆਰ ਕਰਾਇਆ ਸੀ ਇਹਨੂੰ ਹਜੇ ਤਲਾਵਾਂ ਤਲੂਆਂ ਵੀ ਨਹੀਂ ਪਈਆਂ ਚੈੱਕ ਕਰੋ ਕੋਈ ਤਲਾ ਨਹੀਂ ਇੱਕ ਇੱਕ ਪਲੇਨ ਲਿੱਤਾ ਸੀ ਆਪਾਂ ਇੱਕ ਡਿਜ਼ਾਈਨ ਵਾਲਾ ਲਿੱਤਾ ਸੀ ਇਹ ਦੋਨੇ ਨਵੇਂ ਹੀ ਆ ਆਹ ਚੈੱਕ ਕਰੋ ਇਹ ਵੀ ਇਹਨੂੰ ਵੀ ਤਲਾ ਪਈ ਇਹ ਡਿਜ਼ਾਈਨ ਵਾਲਾ 12 ਦਾ ਵਾ ਦੋਨੇ 12-12 ਪਾਵਾਂ ਦੇ ਆ ਚਲੋ ਗੁੱਡੇ ਆਪਾਂ ਬਾਏ ਕਰ ਲਏ ਕਿਹੜੇ ਕਿਹੜੇ ਗੁੱਡੇ ਬਾਏ ਕੀਤੇ ਕਿਹੜੀ ਕਿਹੜੀ ਸ਼ੋਪਿੰਗ ਕੀਤੀ ਤੁਹਾਨੂੰ ਅਗਲੇ ਵਲੋਗਾਂ 'ਚ ਪਤਾ ਲੱਗ ਜੂਗਾ ਇੱਦਾਂ ਹੀ ਸਪੋਰਟ ਕਰਦੇ ਰਹੋ ਜਿਹੜੇ ਚੈਨਲ 'ਤੇ ਨਿਊ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਮਿਲਦੇ ਹਾਂ ਜੀ ਨੈਕਸਟ ਵਲੋਗ 'ਚ